ਜਬਰਤਕ ਦੇ ਮਾਰੇ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਦਾ ਨਿੰਗ ਮਾਰੇ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹੋ ਜੋ ਸਤਗੁਰੂ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠ ਕੇ ਪਾਵਨ ਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਮੁੱਖ ਸਚਕੰਡ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਹੋਣਾ ਨੇ ਸਮਾਪਤੀ ਦੇ ਸਮੇਂ ਅਰਦਾਸ ਕਰਕੇ ਜੋ ਕਿਸਾਨ ਵੀਰ ਅੰਦੋਲਨ ਦੇ ਵਿੱਚ ਗਏ ਹਨ ਉਹਨਾਂ ਦੇ ਹੱਕਾਂ ਦੀ ਪ੍ਰਾਪਤੀ ਦੇ ਲਈ ਅਰਦਾਸ ਕੀਤੀ ਹੈ ਸਮਾਪਤੀ ਤੋਂ ਬਾਅਦ ਸਤਿਕਾਰਯੋਗ ਜਥੇਦਾਰ ਅਵਨੀਤ ਸਿੰਘ ਜੀ ਹੋਣਾ ਨੇ ਆਪ ਸਰਬੱਤ ਸੰਗਤ ਦੇ ਨਾਲ ਅਜੋਕੇ ਸਮੇਂ ਤੇ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ ਔਰ ਗੁਰਬਾਣੀ ਦੇ ਸੰਦਾਨ ਤੋਂ ਜਾਣੂ ਕਰਵਾਇਆ ਹੈ। ਸਤਿਗੁਰ ਮਹਾਰਾਜ ਕਿਰਪਾ ਕਰਨ ਜੋ ਸਾਡੀ ਸਾਰਿਆਂ ਦੀ ਅਰਦਾਸ ਹੈ ਜੋ ਕਿਸਾਨ ਵੀਰ ਇਸ ਵਕਤ ਅੰਦੋਲਨ ਤੇ ਬੈਠੇ ਹਨ ਸਤਿਗੁਰ ਮਹਾਰਾਜ ਉਸ ਅੰਦੋਲਨ ਦੀ ਫਤਿਹ ਪ੍ਰਾਪਤ ਕਰਨ ਵਿਸਾ ਚੱਲ ਰਿਹਾ ਸੀਗਾ ਅਜੋਕੇ ਸਮੇਂ ਦੇ ਵਿੱਚ ਜੇ ਕੋਈ ਚੰਗਾ ਕਾਰਜ ਕਰਦਾ ਹੈ ਤੇ ਲੱਤਾਂ ਖਿੱਚਣ ਵਾਲੇ ਪਹਿਲਾਂ ਹੀ ਖਿੱਚ ਦਿੰਦੇ ਹਨ। ਸੰਗਤ ਦੇ ਚਰਨਾਂ 'ਚ ਬੇਨਤੀ ਕਰ ਰਹੇ ਸੀ ਕਿ ਨਿੰਦਕ ਲੋਕਾਂ ਦਾ ਕੈਸਾ ਜੀਵਨ ਹੁੰਦਾ ਹੈ ਸਤਿਗੁਰੂ ਮਹਾਰਾਜ ਜੀ ਨੇ ਤਾਂ ਪਹਿਲਾਂ ਹੀ ਬਾਣੀ ਦੇ ਵਿੱਚ ਆਖਿਆ ਹੈ ਨਿੰਦਾ ਪਲੀ ਕਿਸੇ ਕੀ ਨਾਹੀ ਮਨ ਮੁਖ ਮੁਕਤ ਕਰੇਨ ਮੂੰ ਕਾਲੇ ਤੇ ਨਿੰਦਕਾਂ ਨਰਕੈ ਕੋਰ ਪਵਨ ਸਤਿਗੁਰੂ ਮਹਾਰਾਜ ਜੀ ਨੇ ਤਾਂ ਬਾਣੀ ਦੇ ਵਿੱਚ ਨਿੰਦਕ ਦਾ ਕਿਤੇ ਵੀ ਪਾਰ ਉਤਾਰਾ ਨਹੀਂ ਦੱਸਿਆ ਤੇ ਸਤਿਗੁਰ ਨੂੰ ਪੁੱਛੀਏ ਸਤਿਗੁਰ ਮਹਾਰਾਜ ਜਿਹੜੇ ਬਾਣੀ ਪੜਨ ਵਾਲੇ ਹੁੰਦੇ ਹਨ ਨਾਮ ਪੜਨ ਵਾਲੇ ਹੁੰਦੇ ਹਨ ਪਰ ਉਪਕਾਰੀ ਹੁੰਦੇ ਹਨ ਜੇ ਉਹ ਨਿੰਦਾ ਕਰ ਦੇਣ ਤੇ ਉਹ ਕੀ ਤਰੇ ਦਰਬਾਰ ਦੇ ਵਿੱਚ ਪਾਉਂਦੇ ਹਨ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਨੇ ਜੇ ਉਹ 86 ਤੀਰਥ ਨਾਵੇ ਸਤਿਗੁਰ ਕਹਿੰਦੇ ਜੇ ਉਹ 18 ਤੀਰਥਾਂ ਦੇ ਇਸ਼ਨਾਨ ਵੀ ਕਰ ਆਵੇ ਜੇ ਉਹ 12 ਸਿਲਾ ਪਜਾਵੇ ਕਹਿੰਦੇ ਜੇ 12 ਸ਼ਿਵਲਿੰਗਾ ਦੀ ਉਹ ਪੂਜਾ ਵੀ ਕਰ ਲਵੇ ਜੇ ਉਹ ਕੂਪ ਟੁਟਾ ਦੇਵਾਵੇ ਕਰੇ ਨਿੰਦਾ ਸਭ ਬਿਰਥਾ ਜਾਵੇ ਸਤਿਗੁਰੂ ਕਹਿੰਦੇ ਕਹਿੰਦੇ ਭਾਵੇਂ 18 ਤੀਰਥਾਂ ਦੇ ਇਸ਼ਨਾਨ ਕਰ ਲਵੇ ਭਾਵੇਂ ਲੋਕਾਂ ਦੇ ਵਾਸਤੇ ਤਲਾਬ ਬਣਾ ਦੇਵੇ ਭਾਵੇਂ 12 ਸ਼ਿੰਗਲ ਸ਼ਿਵਲਿੰਗਾ ਦੀ ਪੂਜਾ ਵੀ ਕਰ ਲਵੇ ਪਰ ਜੇ ਕਿਤੇ ਤੋ ਉਹ ਸੱਚੇ ਗੁਰਮਖ ਦੀ ਤੂੰ ਨਿੰਦਿਆ ਕਰ ਦਿੱਤੀ ਤੇਰਾ ਸਾਰਾ ਕੀਤਾ ਬੇੜਾ ਡੁੱਬ ਜਾਵੇਗਾ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਨੇ ਜੇ ਉਹ ਅਨਕ ਪ੍ਰਸਾਦ ਕਰਾਵੇ ਸਤਿਗੁਰੂ ਕਹਿੰਦੇ ਕਹਿੰਦੇ ਭਾਵੇਂ ਤੂੰ ਠਾਕਰਾ ਨੂੰ ਭੋਗ ਲਵਾ ਲੈਣਾ ਹੈ ਤੇਰੇ ਅੰਦਰ ਬੜੀ ਭਾਵਨਾ ਹੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਿਦਾਨ ਸੋਭ ਮੰਡਪ ਪਾਵੇ ਕਹਿੰਦੇ ਜੂ ਦਾਨ ਵਾਸਤੇ ਆਪਣੀ ਜ਼ਮੀਨ ਦਾ ਜ਼ਮੀਨ ਵੀ ਦਾਨ ਕਰ ਦਵੇਂ ਆਪਣਾ ਬਿਗਾਰ ਬੇਰਾਨਾ ਸਾਢਾ ਸਤਿਗੁਰ ਕਹਿੰਦੇ ਤੂੰ ਭਲੇ ਦੇ ਵਾਸਤੇ ਆਪਣਾ ਵੀ ਬਿਗਾਰ ਲੈਣਾ ਹੈ ਆਪਣਾ ਵੀ ਨੁਕਸਾਨ ਕਰਕੇ ਦੂਸਰੇ ਦਾ ਭਲਾ ਕਰਦਾ ਹੈ ਕਰੇ ਪ੍ਰਗਟ ਪਹਾੜਾਂ ਸਤਿਗੁਰ ਕਹਿੰਦੇ ਆਪਣਾ ਬਿਗਾਰ ਬੇਰਾਨਾ ਸਾਡਾ ਕਰੇ ਨਿੰਦਾ ਬਉ ਜੋਨੀ ਹੰਡੇ ਕਹਿੰਦੇ ਤੂੰ ਕਿਸੇ ਦਾ ਭਲਾ ਕਰਨ ਵਾਸਤੇ ਆਪਣਾ ਵੀ ਤੂੰ ਨੁਕਸਾਨ ਕਰ ਲਿਆ ਪਰ ਇਸ ਕਰਨ ਤੋਂ ਬਾਅਦ ਫਿਰ ਵੀ ਜੇ ਕਿਸੇ ਗੁਰਮਖ ਦੀ ਨਿੰਦਿਆ ਕਰ ਦਿੱਤੀ ਨਾ ਤੇਰਾ ਕੀਤਾ ਸਾਰਾ ਵਿਅਰਥ ਜਾਵੇਗਾ ਕਿਉਂਕਿ ਸਮਾਂ ਐਸਾ ਚੱਲ ਰਿਹਾ ਹੈ ਕਿਉਂਕਿ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਵੀ ਅੱਜਕੱਲ੍ਹ ਇਸ Passe دور ਦੇ ਵਿੱਚ ਚੱਲ ਪਏ ਹਨ ਨਿੰਦਿਆ ਕਰਕੇ ਉੱਪਰ ਉੱਠਣ ਦੀ ਕੋਸ਼ਿਸ਼ ਕਰਦੇ ਹਨ ਨਿੰਦੋ ਨਿੰਦੋ ਮੋਕ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਸਤਿਗੁਰ ਨੇ ਤਾਂ ਇਹ ਵੀ ਕਿਹਾ ਹੈ ਕਿ ਮੈਨੂੰ ਤਾਂ ਨਿੰਦਿਆ ਪਿਆਰੀ ਹੀ ਬਹੁਤ ਲੱਗਦੀ ਹੈ ਨਿੰਦਾ ਬਾਪ ਨਿੰਦਾ ਮਹਤਾਰੀ ਸਤਿਗੁਰ ਮਹਾਰਾਜ ਜੀ ਨੇ ਇਹ ਭਾਵਨਾ ਦਰਸਾਈ ਹੈ ਕਿ ਜਿਹੜੇ ਨਿੰਦਿਆ ਕਰਦੇ ਹਨ ਸੱਚੇ ਮਨੁੱਖ ਨੂੰ ਤਾਂ ਉਹ ਨਿੰਦਿਆ ਵੀ ਚੰਗੀ ਲੱਗਦੀ ਹੈ ਅੰਤ ਦੇ ਵਿੱਚ ਸਤਿਗੁਰ ਦੇ ਬਚਨ ਹਨ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੁੱਬਾ ਹਮ ਉਤਰੇ ਪਾਰ ਸਤਿਗੁਰ ਕਹਿੰਦੇ ਜਿਹੜਾ ਨਿੰਦਕ ਹੁੰਦਾ ਹੈ ਨਾ ਉਹ ਹਮੇਸ਼ਾ ਡੁੱਬਦਾ ਹੀ ਹੈ ਤਾਂ ਸਤਿਗੁਰ ਮਹਾਰਾਜ ਕਿਰਪਾ ਕਰਨ ਜੇਕਰ ਅਸੀਂ ਬਾਣੀ ਪੜਨ ਵਾਲੇ ਦੂਸਰਿਆਂ ਨੂੰ ਸਮਝਾਉਣ ਵਾਲੇ ਹੀ ਨਿੰਦਿਆ ਵੱਲ ਤੁਰ ਪਾਵਾਂਗੇ ਨਾ ਤੇ ਫਿਰ ਇਸ ਗੁਰਬਾਣੀ ਦਾ ਸੰਦੇਸ਼ ਕਿਸੇ ਨੂੰ ਸੁਣਾਉਣ ਦਾ ਸਾਨੂੰ ਵੀ ਕੋਈ ਹੱਕ ਨਹੀਂ ਹੈ ਸਤਿਗੁਰ ਮਹਾਰਾਜ ਕਿਰਪਾ ਕਰਨ ਜੋ ਪਾਵਨ ਸਥਾਨ ਤੋਂ ਆਪ ਸਰਬੱਤ ਸੰਗਤ ਪਿਛਲੇ ਲੰਬੇ ਸਮੇਂ ਤੋਂ ਗੁਰਬਾਣੀ ਦਾ ਜਾਪ ਸਰਵਣ ਕਰ ਰਹੇ ਹੋ। ਔਰ ਤੁਹਾਨੂੰ ਪਤਾ ਹੀ ਹੈ ਜੋ ਕਿਸਾਨ ਅੰਦੋਲਨ ਦਿੱਲੀ ਵਿਖੇ ਪਹਿਲਾਂ ਪੰਜਾਬ ਦੇ ਵਿੱਚ ਚੱਲ ਰਿਹਾ ਸੀਗਾ ਔਰ ਤਕਰੀਬਨ 2 ਮਹੀਨੇ ਹੋ ਚੱਲੇ ਨੇ ਇਸ ਵਕਤ ਦਿੱਲੀ ਦੇ ਵਿਖੇ ਕਿਸਾਨ ਵੀਰਾਂ ਨੇ ਜੋ ਮੌਕੇ ਦੀ ਹਕੂਮਤ ਹੈ ਉਸ ਤੋਂ ਆਪਣੇ ਹੱਕਾਂ ਦੀ ਪ੍ਰਾਪਤੀ ਕਰਨ ਲਈ ਕਿਹੜੇ ਹੱਕ ਜਿਹੜੇ ਹੁੰਦਿਆਂ ਹੋਇਆਂ ਸਰਕਾਰ ਨੇ ਖੋਲੇ ਔਰ ਉਹਨਾਂ ਦੀ ਪ੍ਰਾਪਤੀ ਦੇ ਲਈ ਇਸ ਵਕਤ ਦਿੱਲੀ ਵਿਖੇ ਆਪ ਦਾ ਸੰਘਰਸ਼ ਕਰ ਰਹੇ ਹਨ ਸੋ ਸਾਰੇ ਘਟਨਾ ਕਰਮ ਤੋਂ ਤੁਸੀਂ ਜਾਣੂ ਹੋ ਜੋ ਮਹਾਪੁਰਖ ਬਾਬਾ ਲੱਖਾ ਸਿੰਘ ਜੀ ਹੁਣਾ ਵੱਲੋਂ ਸਰਬ ਧਰਮ ਸੰਮੇਲਨ ਕਰਵਾਏ ਜਾਂਦੇ ਹਨ ਕਿਉਂਕਿ ਕਈ ਸਾਡੇ ਵੀਰ ਇੱਕ ਮੈਂ ਬੇਨਤੀ ਕਰ ਦੇਵਾਂ ਸੰਗਤ ਜੀ ਨਾਨਕ ਸਰ ਪਵਨ ਸਥਾਨ ਜਿੱਥੋਂ ਹਮੇਸ਼ਾ ਹੀ ਨਾਮਮ ਦੀ ਦਾਤ ਮਿਲਦੀ ਹੈ ਭਗਤੀ ਦੀ ਦਾਤ ਮਿਲਦੀ ਹੈ ਕਈ ਸਾਡੇ ਵੀਰ ਜਿਨ੍ਹਾਂ ਨੇ ਇਸ ਵਕਤ ਨਾਨਕ ਸਰ ਦਾ ਨਾਮ ਵਰਤ ਕੇ ਤੇ ਐਸਾ ਸੋਸ਼ਲ ਮੀਡੀਆ ਤੇ ਸਾਰੀ ਦਿਹਾੜੀ ਨਿੰਦਾ ਕੁਫਰ ਤੋੜਦੇ ਰਹਿੰਦੇ ਹਨ ਐਸੇ WhatsApp ਗਰੁੱਪ ਬਣਾਏ ਹੁੰਦੇ ਹਨ ਜਿੱਥੇ ਨਾਮ ਕੀ ਮਿਲਣਾ ਹੈ ਦਾਤ ਕੀ ਮਿਲਣੀ ਹੈ ਸਾਰਾ ਦਿਨ ਤੁਹਾਨੂੰ ਨਿੰਦਿਆ ਹੀ ਸਾਨੂੰ ਮਿਲੇਗੀ ਇਹ ਸਾਡਾ ਵੀ ਫਰਜ਼ ਬਣਦਾ ਹੈ ਕੋਈ ਐਸਾ ਵਿਅਕਤੀ ਜਿਹੜਾ ਸਾਰੀ ਦਿਹਾੜੀ ਨਿੰਦਿਆ ਕਰਦਾ ਰਹੇ ਕੀ ਤੁਸੀਂ ਉਸ ਦੇ ਨਾਲ ਬਹਿ ਕੇ ਨਾਮ ਦੀ ਦਾਤ ਦੀ ਪ੍ਰਾਪਤੀ ਕਰ ਲਵੋਗੇ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਨਿੰਦਾ ਕਈ ਾਰ ਕੰਨਾਂ ਨੂੰ ਸੁਣ ਚ ਪਿਆਰੀ ਬੜੀ ਲੱਗਦੀ ਹੈ ਪਰ ਨਿੰਦਾ ਸੁਣ ਦੇ ਨਾਲ ਕਦੀ ਵੀ ਸਤਿਗੁਰੂ ਮਹਾਰਾਜ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਦਿੰਦੇ ਜਗ੍ਹਾ ਉਹਨੂੰ ਹੀ ਦਿੰਦੇ ਹਨ ਜਿਹੜਾ ਨਾਮ ਦੀ ਪ੍ਰਾਪਤੀ ਕਰਦਾ ਹੈ ਸੋ ਮੈਂ ਬੇਨਤੀ ਕਰ ਰਿਹਾ ਸੀਗਾ ਜੋ ਸਮਾ ਤੁਹਾਡੇ ਸਾਹਮਣੇ ਆਇਆ ਮਹਾਪੁਰਖਾਂ ਵੱਲੋਂ ਸਰਬ ਧਰਮ ਸੰਮੇਲਨ ਕਰਵਾਏ ਜਾਂਦੇ ਹਨ ਮੈਨੂੰ ਯਾਦ ਹੈ ਜਦੋਂ ਕੁਝ ਸਾਲ ਪਹਿਲਾਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਦਿੱਲੀ ਵਿਖੇ ਕਿ ਕਿ ਕਈ ਵਾਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਵੀ ਕੀਤੀ ਗਈ ਹੈ ਉਸ ਵਕਤ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਉਸ ਸਮੇਲਨ ਦੇ ਵਿੱਚ ਸ਼ਰਕਤ ਕੀਤੀ ਸੀਗੀ ਸੁਭਾਵਿਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਵਰਗੇ ਮਹਾਨਗਰਾਂ ਦੇ ਵਿੱਚ ਵੀ ਇਹ ਸਰਬ ਧਰਮ ਸੰਮੇਲਨ ਕਰਵਾਏ ਜਾਣੇ ਸਨ ਔਰ ਜਦੋਂ ਕਰਵਾਏ ਜਾਣੇ ਸਨ ਕਿਉਂਕਿ ਇਹਨਾਂ ਸੰਮੇਲਨਾਂ ਦੇ ਵਿੱਚ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਇਹ ਸੰਮੇਲਨ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇ ਦਿੰਦੇ ਹਨ ਹਰੇਕ ਵਰਗ ਇਹ ਸਮਿਲਣਾ ਦੇ ਵਿੱਚ ਸ਼ਮੂਲੀਅਤ ਕਰਦਾ ਹੈ ਔਰ ਵਰਗ ਦੇ ਨਾਲ ਸੰਬੰਧਤ ਭਾਵੇਂ ਉਹ ਧਾਰਮਿਕ ਹੋ ਜਾਣ ਭਾਵੇਂ ਰਾਜਨੀਤਿਕ ਹੋ ਜਾਣ ਭਾਵੇਂ ਵਿਦਵਾਨ ਭਾਵੇਂ ਸੰਤ ਮਹਾਪੁਰਖ ਸਾਰੀ ਉਸ ਦੇ ਵਿੱਚ ਸ਼ਮੂਲੀਅਤ ਕਰਦੇ ਹਨ ਸੁਭਾਵਿਕ ਹੈ ਜਦੋਂ ਦਿੱਲੀ ਵਰਗੇ ਮਹਾਨਗਰਾਂ ਦੇ ਵਿੱਚ ਇਹ ਸੰਮੇਲਨ ਹੋਣੇ ਸਨ ਸੰਬੰਧਤ ਵਰਗਾਂ ਦੇ ਰਾਜਨੀਤਿਕਾਂ ਨੇ ਵੀ ਹਿੱਸਾ ਲੈਣਾ ਸੀਗਾ ਸਾਡੇ ਮਨ ਅੰਦਰ ਇੱਕ ਹੀ ਸਵਾਲ ਹੋਣਾ ਸੀਗਾ ਸਭ ਤੋਂ ਪਹਿਲਾਂ ਕੀ ਬਾਬਾ ਜੀ ਜੇ ਤੁਹਾਡੇ ਸਲਮ ਸਰਬ ਧਰਮ ਸੰਮੇਲਨਾਂ ਦੇ ਰਾਹੀ ਤੁਸੀਂ ਸਰਕਾਰ ਤੱਕ ਪਹੁੰਚ ਕਰ ਸਕਦੇ ਸੀਗੇ ਉਸ ਵਕਤ ਤੁਸੀਂ ਕਿਉਂ ਨਹੀਂ ਕੀਤੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਸ ਵਕਤ ਤੁਸੀਂ ਪਹੁੰਚ ਕਰਕੇ ਕਿਸਾਨ ਦੇ ਹੱਕਾਂ ਦੇ ਵਿੱਚ ਬੋਲਣਾ ਸੀਗਾ ਇਹ ਸਾਡਾ ਸਭ ਤੋਂ ਪਹਿਲਾ ਸਵਾਲ ਹੋਣਾ ਸੀਗਾ ਸੋ ਮਹਾਪੁਰਖਾਂ ਵੱਲੋਂ ਗਵਾਹੀ ਹੈ ਗਵਰਨਰ ਹਾਊਸ ਦੇ ਵਿੱਚ ਪਿਆ ਉਸ ਵਕਤ ਦਾ ਮੈਮੋਰੈਂਡਮ ਜਿਸ ਦੇ ਵਿੱਚ ਮੁੱਖ ਤੌਰ ਤੇ ਸਾਰੇ ਮਹਾਪੁਰਖਾਂ ਵੱਲੋਂ ਇੱਕ ਮੰਗ ਕੀਤੀ ਗਈ ਸੀ ਕਿ ਕੀ ਕਿਸਾਨ ਦੇ ਹੱਕਾਂ ਨੂੰ ਦਿੱਤਾ ਜਾਵੇ ਭਾ ਜੋ ਤਿੰਨ ਕਾਲੇ ਕਾਨੂੰਨ ਇਹਨਾਂ ਰੱਦ ਕੀਤਾ ਜਾਵੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਇਸ ਵਕਤ ਸਰਕਾਰ ਦਾ ਜੋਰ ਲੱਗਾ ਹੋਇਆ ਹੈ ਕਿ ਜੋ ਅੰਦੋਲਨ ਚੱਲ ਰਿਹਾ ਹੈ ਇਸ ਨੂੰ ਕਿਸਾਨੀ ਦਾ ਨਾਂ ਦਿਖਾ ਕੇ ਇਹ ਦਿਖਾਈਏ ਕਿ ਇਹ ਸਿੱਖਾਂ ਦਾ ਅੰਦੋਲਨ ਹੈ ਸੋ ਉਸ ਵਾਰ ਤੇ ਮਹਾਪੁਰਖਾਂ ਵੱਲੋਂ ਇੱਕ ਮੈਮੋਰੰਡਮ ਤਿਆਰ ਕੀਤਾ ਗਿਆ ਉਸ ਮੈਮੋਰੰਡਮ ਦੇ ਵਿੱਚ Hindu ਧਰਮ ਦੇ ਸੰਤਾਂ ਵੱਲੋਂ ਸਹਿਯੋਗ ਕੀਤੇ ਗਏ ਔਰ ਉਹਨਾਂ ਵੱਲੋਂ ਸਰਕਾਰ ਨੂੰ ਅਪੀਲ ਨਹੀਂ ਜ਼ੋਰਦਾਰ ਕਿਹਾ ਗਿਆ ਕਿ ਤੁਸੀਂ ਜੋ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਉਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੋ ਅਗਰ ਨਾ ਕੀਤਾ ਹੋ ਸਕਦਾ ਹੈ ਹਿੰਦੂ ਧਰਮ ਦੇ ਵਿੱਚ ਵੀ ਤੁਹਾਡੇ ਬਰਖਰਾ ਬਗਾਵਤ ਹੋ ਜਾਵੇ ਸੁਭਾਵਕ ਹੈ ਜਦੋਂ ਕੋਈ ਇਨਸਾਨ ਆਪਣੇ ਆ ਦੇ ਲਬਜ ਆਪਣੇ ਆ ਦੇ ਮੋਹ ਇਹ ਲਬਜ ਸੁਣਦਾ ਹੈ ਨਾ ਉਸ ਨੂੰ ਇੱਕ ਝੰਜੋੜ ਹੁੰਦਾ ਹੈ ਸੁਭਾਵਕ ਹੀ ਜਦੋਂ ਉਹ ਮੈਮੋਰੰਡਮ ਸਰਕਾਰ ਦੇ ਪਾਸ ਜਾਣਾ ਸੀਗਾ ਅੱਖਾਂ ਤੋਂ ਉਹਨਾਂ ਦੀ ਖੁੱਲਣੀਆਂ ਸੀਗੀਆਂ ਕਿ ਸਾਡੇ ਧਰਮ ਦੇ ਜੋ ਸੰਤ ਮਹਾਪੁਰਖ ਨੇ ਉਹ ਵੀ ਸਾਨੂੰ ਇਸ ਵਕਤ ਡਰਾ ਰਹੇ ਹਨ ਕਿ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਭਗਤੋ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡਾ ਮਾੜਾ ਹੋਵੇਗਾ ਸੋ ਉਸ ਮੈਮੋਰੰਡਮ ਦੇ ਰਾਹੀਂ ਮੁਲਾਕਾਤ ਹੋਈ ਹੁਣ ਦੂਸਰੀ ਗੱਲ ਜੇ ਮਹਾਪੁਰਖ ਬਾਹਰਾਨ ਕੇ ਕਹਿ ਦਿੰਦੇ ਕਿ ਸਾਡੀ ਵੈਸੀ ਹੀ ਮਿਲਣੀ ਸੀਗੀ ਫਿਰ ਸਾਡਾ ਇੱਕ ਸਵਾਲ ਹੋਣਾ ਸੀਗਾ ਕਿ ਬਾਬਾ ਜੀ ਵੈਸੀ ਹੀ ਮਿਲਣੀ ਦਾ ਕੀ ਮਤਲਬ ਇਸ ਵਕਤ ਕਿਸਾਨ ਅੰਦੋਲਨ ਚੱਲ ਰਿਹਾ ਹੈ ਤਾਂ ਇਹ ਕਿਸਾਨਾਂ ਦੀ ਕਿਉਂ ਨਹੀਂ ਗੱਲ ਕੀਤੀ ਹੁਣ ਜੇ ਕੀਤੀ ਹੈ ਓਹ ਮਨੁੱਖ ਜੋ ਨਹੀਂ ਚਾਹੁੰਦੇ ਦੁਨੀਆ ਦਾ ਭਲਾ ਹੋਵੇ ਉਹਨਾਂ ਨੇ ਇਸ ਗੱਲ ਨੂੰ ਪੋਜ਼ਿਟਿਵ ਕੀ ਨੈਗੇਟਿਵ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਫਲਾ ਦਿੱਤਾ ਸੋ ਸਾਥ ਸੰਗਜੀ ਦੁਨੀਆਦਾਰੀ ਹੈ ਜੇ ਕੋਈ ਕਰਦਾ ਹੈ ਫਿਰ ਕਹਿੰਦਾ ਕਿਉਂ ਨਹੀਂ ਕਰਦਾ ਤੇ ਜੇ ਨਹੀਂ ਕਰਦਾ ਫਿਰ ਕਹਿੰਦੇ ਕਰਦਾ ਕਿਉਂ ਨਹੀਂ ਹੈ ਸੋ ਸਾਨੂੰ ਸਮਝਣ ਦੀ ਲੋੜ ਹੈ ਸਾਡੇ ਕੁਝ ਵੀਰਾਂ ਨੇ ਜਿਹੜੀ ਨਾ ਹੋਈ ਗੱਲ ਨੂੰ ਨੂੰ ਹੋਈ ਬਣਾ ਦਿੱਤਾ ਇਹਨੂੰ ਨਿੰਦਿਆ ਕਿੰਦੇ ਹਨ ਬਾਬਰ ਨੂੰ ਜਾਬਰ ਕਹਿਣਾ ਨਿੰਦਿਆ ਨਹੀਂ ਹੈ ਇਹ ਸੱਚ ਹੈ ਪਰ ਨਾ ਹੋਈ ਨੂੰ ਨੂੰ ਹੋਈ ਕਹਿਣਾ ਇਹ ਨਿੰਦਿਆ ਹੈ ਸੋ ਕੁਝ ਕਵੀਰ ਸਾਡੇ ਹੀ ਭਰਾ ਜਿਨ੍ਹਾਂ ਨੇ ਇਸ ਗੱਲ ਨੂੰ ਗਲਤ ਦਿਸ਼ਾ ਵੱਲ ਪਹੁੰਚਾਇਆ ਸੋ ਸਾਧ ਸੰਗਤ ਜੀ ਸਭ ਦੇ ਚਰਨਾਂ 'ਚ ਬੇਨਤੀ ਹੈ ਤੁਹਾਨੂੰ ਪਤਾ ਹੀ ਹੈ ਉਸ ਮਿਲਣੀ ਦੇ ਵਿੱਚ ਮਹਾਪੁਰਖਾਂ ਵੱਲੋਂ ਕਿਉਂਕਿ ਮਹਾਪੁਰਖ ਕਦੀ ਕਿਸੇ ਦੀ ਨਿੰਦਿਆ ਨਹੀਂ ਕਰ ਸਕਦੇ ਮਹਾਪੁਰਖ ਜੋੜਦਾ ਹੈ ਕਦੀ ਤੋੜਦਾ ਨਹੀਂ ਕਈ ਵਾਰ ਸਾਡੇ ਮਨ ਦੇ ਵਿੱਚ ਹੁੰਦੀ ਹੈ ਕਿ ਬਾਬਾ ਜੀ ਨੇ ਉੱਥੇ ਜਾ ਕੇ ਇਸ ਤਰ੍ਹਾਂ ਨਾਰੇ ਕਿਉਂ ਨਹੀਂ ਲਾਏ ਸਾਧ ਸੰਗਤ ਜੀ ਮਹਾਪੁਰਖ ਦਾ ਫਰਜ਼ ਹੁੰਦਾ ਹੈ ਪਿਆਰ ਦੇ ਨਾਲ ਕਿਸੇ ਨੂੰ ਸਹੀ ਦਿਸ਼ਾ ਪ੍ਰਦਾਨ ਕਰਨੀ ਔਰ ਸੱਚ ਵੀ ਹੈ ਆਪਦੇ ਸਾਹਮਣੇ ਸੰਗਤ ਦੇ ਚਰਨਾਂ 'ਚ ਮਹਾਪੁਰਖਾਂ ਨੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਵੀ ਕੀਤੀ ਸੀਗੀ ਕਿ ਕਦੀ ਵੀ ਕਦੀ ਮੌਕੇ ਦੀ ਹਕੂਮਤ ਦੇ ਮੂੰਹ ਤੇ ਗੱਲ ਕਰਨੀ ਬੜੀ ਔਖੀ ਹੁੰਦੀ ਹੈ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਅਵਨੀਤ ਸਿੰਘ ਤੁਹਾਨੂੰ ਸੰਗਤਾਂ ਨੂੰ ਬੇਨਤੀ ਵੀ ਕਰਕੇ ਗਏ ਸਨ ਕਿ ਉਸ ਵਕਤ ਮੌਜੂਦਾ ਖੇਤੀ ਮੰਤਰੀ ਦੇ ਸਾਹਮਣੇ ਤੇ ਕਿਹਾ ਗਿਆ ਕਿ ਜੇ ਤੁਸੀਂ ਸੋਚਦੇ ਹੋ ਨਾ ਕਿ ਇਹ ਕਾਨੂੰਨ ਨਾ ਰੱਦ ਕਰਨ ਦੇ ਨਾਲ ਅਸੀਂ ਲੰਬਾ ਕਰਾਂਗੇ ਤਾਂ ਇਹ ਕਮਜ਼ੋਰ ਹੋਵੇਗਾ ਅੰਦੋਲਨ ਇਹ ਤੁਹਾਡੇ ਮਨ ਦਾ ਵਹਿਮ ਹੈ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਔਰ ਸੱਚ ਜਾਣੋ ਜਿੰਨੇ ਵੀ ਉੱਥੇ ਵੀਰ ਕਿਸਾਨ ਬੇਟੇ ਅੰਦੋਲਨ ਕਰ ਰਹੇ ਹਨ ਕੱਲੇ ਕਿਸਾਨ ਨਹੀਂ ਬੱਚੇ ਵੀ ਹਨ ਬਜ਼ੁਰਗ ਵੀ ਹਨ ਸਾਰੇ ਤੁਹਾਨੂੰ ਵੱਧਵਾਵਾ ਦੇ ਰਹੇ ਹਨ ਕਈ ਮੇਰੇ ਵੀਰ ਕਹਿੰਦੇ ਹਨ ਕਿ ਕਿ ਉਹ ਕੀ ਉਹ ਰੋ ਵੀ ਸਕਦਾ ਹੈ ਖੇਤੀ ਮੰਤਰੀ ਭਰਾਵੋ ਜਦੋਂ ਕਿਸੇ ਨੂੰ ਅਹਿਸਾਸ ਦਿਵਾਉਣਾ ਕਿ ਤੂੰ ਆ ਗਲਤੀ ਕੀਤੀ ਹੈ ਕਿੰਨਾ ਕਿ ਉਸ ਦੀ ਮਨ ਤੇ ਝੋਟ ਜ਼ਰੂਰ ਪੈਂਦੀ ਹੈ ਤਾਂ ਸੱਚ ਹੈ ਕਿ ਜਦੋਂ ਕਿਹਾ ਕਿ ਤੁਹਾਨੂੰ ਵੱਦਵਾਵਾਂ ਦੇ ਰਹੇ ਹਨ ਤੁਹਾਨੂੰ ਨਹੀਂ ਤੁਹਾਡੇ ਪਰਿਵਾਰ ਨੂੰ ਵੀ ਉੱਥੇ ਬੈਠੇ ਅੰਦੋਲਨ ਵਾਲੇ ਵੱਦਵਾਵਾਂ ਦੇ ਰਹੇ ਹਨ ਕਿਉਂ ਤੁਸੀਂ ਆਪ ਵੀ ਵੱਦਵਾਵਾਂ ਲੈ ਰਹੇ ਹੋ ਤੇ ਆਪਣੇ ਪਰਿਵਾਰ ਨੂੰ ਵੀ ਵੱਦਵਾਵਾਂ ਦੇ ਰਹੇ ਹੋ ਤੇ ਸੁਭਾਅਕ ਹੀ ਹੈ ਸਾਡੇ ਮੂੰਹ ਤੇ ਕੋਈ ਇੰਨੀ ਗੱਲ ਕਵੇ ਆਣ ਕੇ ਕਿ ਸਾਡਾ ਮਨ ਨਹੀਂ ਡਰੂਗਾ ਕਿ ਯਾਰ ਮੈਂ ਇਹ ਕਿਉਂ ਗਲਤੀ ਕੀਤੀ ਹੈ ਇਸ ਵਿੱਚ ਮੇਰੇ ਪਰਿਵਾਰ ਦਾ ਕੀ ਦੋਸ਼ ਹੈ ਤੋ ਸੱਚ ਹੀ ਹੈ ਜਦੋਂ ਉਹਨਾਂ ਦੇ ਮੂੰਹ ਤੇ ਇਹ ਗੱਲ ਕਹੀ ਗਈ ਕਿ ਉਹ ਕਿਸਾਨ ਕੀਰਤੀ ਕਿਸਾਨ ਜੋ ਅੰਦੋਲਨ ਚ ਬੈਠੇ ਹਨ ਉਹ ਹੀ ਇਕੱਲੇ ਨਹੀਂ ਉਹਨਾਂ ਦੇ ਬੱਚੇ-ਬੱਚੇ ਤੁਹਾਨੂੰ ਵੱੱਦਵਾਵਾ ਦੇ ਰਹੇ ਹਨ ਤੁਹਾਡੇ ਪਰਿਵਾਰਾਂ ਨੂੰ ਵੱੱਦਵਾਵਾ ਦੇ ਰਹੇ ਹਨ ਫਿਰ ਸੱਚ ਹੀ ਹੈ ਮਨ ਤੇ ਤੇ ਚੋਟ ਵੱਜਣੀ ਸੀਗੀ ਕੋਈ ਮੰਨਨੇ ਪਾਵੇ ਨਾ ਮੰਨੇ ਇਹ ਮੰਨਣ ਵਾਲੀ ਗੱਲ ਹੁੰਦੀ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਦੂਸਰੀ ਬੇਨਤੀ ਸੰਗਤ ਜੀ ਐਸ ਵਕਤ ਜ਼ੋਰ ਹੈ ਸਭ ਦਾ ਕਿ ਜੋ ਵੀਰ ਐਸ ਵਕਤ ਅੰਦੋਲਨ ਦੀ ਕਾਮਯਾਬੀ ਵੱਲ ਲੱਗੇ ਹੋਏ ਹਨ ਉਹ ਆਪਸ ਦੇ ਵਿੱਚ ਉਲਝ ਕੇ ਰਹਿ ਜਾਣ ਔਰ ਉਹਨਾਂ ਦਾ ਧਿਆਨ ਅੰਦੋਲਨ ਦੀ ਸਫਲਤਾ ਵੱਲ ਹਟ ਕੇ ਆਸ ਦੀ ਵਿੱਚ ਮਤਭੇਦ ਪੈ ਕੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵੱਲ ਲੱਗ ਜਾਣ ਸੋ ਉਹ ਕੰਮ ਨਾ ਕਰੀਏ ਇਹ ਸਾਡੇ ਕੋਈ ਵਿਚਾਰਕ ਮਤ ਪੇਦ ਹਨ ਆ ਸਮਾਂ ਨਹੀਂ ਹੈ ਪ੍ਰਗਟਾਉਣ ਦਾ ਆ ਸਮਾਂ ਹੈ ਆਪਸੀ ਇਕਤਾ ਦਿਖਾਉਣ ਦਾ ਕੋਈ ਵੀ ਹੈ ਭਾਵੇਂ ਭਾਵੇਂ ਕੋਈ ਰਾਜਨੀਤਿਕ ਵੀ ਹੈ ਜੀ ਉਹ ਗੱਲ ਕਰਦਾ ਹੈ ਨਾ ਕਿਸਾਨੀ ਹੱਕਾਂ ਦੀ ਪ੍ਰਾਪਤੀ ਦੇ ਲਈ ਤੇ ਸਾਨੂੰ ਉਸ ਦਾ ਸਾਥ ਲੈਣਾ ਚਾਹੀਦਾ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਮੈਂ ਇੱਕ ਬੇਨਤੀ ਕਰ ਦਵਾਂ ਕਈਆਂ ਦੇ ਮਨ ਦੇ ਵਿੱਚ ਵਹਿਮ ਹੁੰਦਾ ਹੈ ਕਿ ਇਹ ਅੰਦੋਲਨ ਸਾਡੇ ਕਰਕੇ ਖੜਾ ਹੈ ਪਰ ਸੱਚ ਜਾਣਿਓ ਇਹ ਦੋਨਾਲ ਧੰਨ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਾਲ ਖੜਾ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ 26 27 ਤਰੀਕ ਨੂੰ ਕੀਰਤੀ ਕਿਸਾਨ ਪੰਜਾਬ ਤੋਂ ਤੁਰੇ ਸਨ ਤੇ ਮੌਕੀ ਦੀ ਹਕੂਮਤ ਨੇ ਉਹਨਾਂ ਨੂੰ ਰੋਕਣ ਦੀ ਹਰ ਹੀਲਾ ਵਸੀਲਾ ਵਰਤਿਆ ਭਾਵੇਂ ਅਤਰੂ ਗੈਸ ਹੋ ਜਾਣ ਭਾਵੇਂ ਪਾਣੀ ਦੀਆਂ ਬੁਸ਼ਾਰਾ ਹੋ ਜਾਣ ਭਾਵੇਂ 15 15 ਫੁੱਟ ਧਰਤੀ 'ਚ ਟੋਏ ਪੁੱਟ ਦਿੱਤੇ ਹੋਣ ਪਰ ਸੱਚ ਜਾਣਿਓ ਜਦੋਂ ਸਿੱਖ ਜਗਤ ਵੱਲੋਂ ਸਤਿਗੁਰ ਦਾ ਬਖਸ਼ਿਆ ਹੋਇਆ ਜਕਾਰਾ ਬਲੇ ਸੋਨ ਹਾਲ ਦਾ ਬਜਾਇਆ ਜਾਂਦਾ ਸੀ ਨਾ ਤੇ ਜ਼ਾਲਮ ਸਰਕਾਰਾਂ ਦੇ ਜਿਹੜੇ ਸਿਪਾਈ ਹੁੰਦੇ ਸਨ ਡਰ ਕੇ ਪਿੱਛੇ ਹਟ ਜਾਂਦੇ ਸਨ ਸੋ ਅੱਜ ਵੀ ਜਾਣੋ ਉਹੀ ਸਮਾਂ ਆ ਗਿਆ ਹੈ ਅੱਜ ਵੀ ਦੇਖੋ ਉੱਪਰੋਂ ਵੀ ਠੰਡ ਪੈ ਰਹੀ ਹੈ ਉੱਤੋਂ ਵੀ ਪਾਣੀ ਬਰਸਦਾ ਹੈ ਤੇ ਥੱਲਿਓਂ ਵੀ ਧਰਤੀ ਪਾਣੀ ਕੱਢ ਕੇ ਸਿੱਲਾ-ਸਿੱਲਾ ਦੇ ਰਹੀ ਹੈ ਬਚਕਾਰ ਕੌਣ ਹੈ ਕਿਸਾਨ ਹੈ ਸੋ ਸਤਿਗੁਰ ਮਹਾਰਾਜ ਕਿਰਪਾ ਕਰਨ ਆਪਸੀ ਭਾਈਚਾਰਕ ਸਾਂਝ ਆਪਾਂ ਇਸੇ ਤਰ੍ਹਾਂ ਹੀ ਬਣਾਈ ਰੱਖੀਏ ਸੋ ਸੱਚ ਜਾਣਿਓ ਨਿੰਦਾ ਹਮੇਸ਼ਾ ਹੀ ਮਾੜੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਦਿੱਤੀ ਹੈ ਜੇਕਰ ਕੋਈ ਬਾਣੀ ਪੜਨ ਵਾਲਾ 68 ਤੀਰਤਾਂ ਤੇ ਨੌਣ ਵਾਲਾ ਕਹਿ ਦਿੰਦੇ ਹਨ ਆਪਣਾ ਬਿਗਾੜ ਕੇ ਦੂਜੇ ਦਾ ਭਲਾ ਕਰਨ ਵਾਲਾ ਜੇ ਇਦਾਂ ਦਾ ਮਨੁੱਖ ਕਿਸੇ ਦੀ ਜਾਣ ਕੇ ਨਿੰਦਿਆ ਵੀ ਕਰਦਾ ਹੈ ਨਾ ਸੱਚ ਜਾਣਿਓ ਉਹਦਾ ਵੀ ਕਦੀ ਭਲਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਵਿੱਚ ਸਾਡੇ ਹੀ ਵੀਰ ਨਾਮ ਜਪਣ ਵਾਲੇ ਅੱਜ ਇਸ ਪਾਸੇ ਚੱਲ ਪਏ ਹਨ ਤੁਹਾਨੂੰ ਸਭ ਨੂੰ ਪਤਾ ਹੈ ਕਿੱਦਾਂ ਕਿਸੇ ਦਾ ਜੀਵਨ ਹੈ ਪਰ ਇਹ ਵਿਸ਼ਾ ਨਹੀਂ ਹੈ ਇੱਕ ਬੇਨਤੀ ਦੂਸਰੀ ਜਿਹੜੇ ਵੀ ਸੋਸ਼ਲ ਮੀਡੀਆ ਸਾਡੇ ਨਾਨਕ ਸਰ ਸਾਹਿਬ ਦੇ ਬਣਾਏ ਹਨ ਉਹਨਾਂ ਤੇ ਜਾਂ ਕੋਈ WhatsApp ਗਰੁੱਪ ਹੈ ਜੇ ਤਾਂ ਉੱਥੇ ਕੋਈ ਨਾਮ ਦੀ ਗੱਲ ਕਰਦਾ ਹੈ ਕੋਈ ਭਗਤੀ ਦੀ ਗੱਲ ਕਰਦਾ ਹੈ ਕੋਈ ਨਾਮ ਜਪਣ ਦੀ ਵਿਧੀ ਦੱਸਦਾ ਹੈ ਫਿਰ ਤਾਂ ਉਹਦਾ ਕਰੀਏ ਸਤਕਾਰ ਤੇ ਜੇ ਕੋਈ ਸਾਰਾ ਦਿਨ ਉਹਨਾਂ ਦੇ ਵਿੱਚ ਨਿੰਦਿਆ ਚੁਗਲੀ ਫਲਾਣਾ ਮਾੜਾ ਔਕੜਾ ਮਾੜਾ ਢਿੰਕ ਕੋਈ ਮਾੜਾ ਤੇ ਫਿਰ ਕੀ ਫਾਇਦਾ ਜੇ WhatsApp ਗਰੁੱਪ ਬਣਾ ਕੇ ਕੀ ਆਪਾਂ ਨਾਮ ਦੀ ਪ੍ਰਾਪਤੀ ਲੈਣੀ ਹੈ ਤੇ ਕਿਸੇ ਦਾ ਪਾਪ ਧੋ ਧੋ ਕੇ ਆਪਾਂ ਆਪਣਾ ਜੀਵਨ ਬਰਬਾਦ ਕਰਨਾ ਹੈ ਤੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਬਹੁਤ ਥਾਤ ਲੋਕ ਐਸੇ ਹਨ ਕੁਝ ਕੁ 2-4 ਜਿਨ੍ਹਾਂ ਦਾ ਕਰਮੀ ਇਹ ਹੋ ਗਿਆ ਕਿ ਸਾਰਾ ਦਿਨ ਕੋਈ ਨਾਮ ਦੀ ਗੱਲ ਨਹੀਂ ਕਰਨੀ ਕੋਈ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਬਚਨ ਸੰਗਤਾਂ ਦੇ ਵਿੱਚ ਨਹੀਂ ਦੱਸਣਾ ਕੋਈ ਧੰਨ ਬਾਬਾ ਨਾਮ ਸਿੰਘ ਮਹਾਰਾਜ ਦਾ ਬਚਨ ਸੰਗਤਾਂ ਦੇ ਵਿੱਚ ਨਹੀਂ ਦੱਸਣਾ ਸਾਰਾ ਦਿਨ ਇੱਕੋ ਹੀ ਕੰਮ ਕਰੀ ਜਾਣਾ ਹੈ ਜੀ ਫਲਾਣਾ ਮਾੜਾ ਉਕੜਾ ਮਾਰਾ ਸੋ ਸੱਚ ਜਾਣਿਓ ਇਹ ਸਾਡਾ ਰਾਹ ਨਹੀਂ ਹੈ ਹਮੇਸ਼ਾ ਹੀ ਪਾਵਨਸਥਾਨ ਤੋਂ ਨਾਮ ਦੀ ਦਾਤਾਂ ਦੀ ਹੀ ਗੱਲ ਕੀਤੀ ਗਈ ਹੈ ਸੋ ਸੰਗਤ ਜੀ ਤੁਹਾਡੇ ਵੀ ਚਰਨਾਂ 'ਚ ਬੇਨਤੀ ਹੈ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਹੁਣਾ ਵੱਲੋਂ ਇੱਕ ਬੇਨਤੀ ਕੀਤੀ ਗਈ ਸੀ ਕਿ ਜਿਹੜੀਆਂ ਸੰਗਤਾਂ ਉਸ ਅੰਦੋਲਨ 'ਚ ਨਹੀਂ ਜਾ ਸਕਦੀਆਂ ਉਹ ਘਰਾਂ 'ਚ ਬੈ ਕੇ ਨਾਮ ਜਪਣ ਔਰ ਉਹਨਾਂ ਦੀ ਅਰਦਾਸ ਕਿਸਾਨ ਅंदोलਨ ਦੀ ਸਫਲਤਾ ਵਾਤੇ ਕੀਤੀ ਜਾਵੇ ਬਹੁਤ ਸੰਗਤ ਦੇ ਫੋਨ ਆਉਂਦੇ ਹਨ ਧੰਨਵਾਦੀ ਹਾਂ ਜੋ ਕੀਤਾ ਹੋਇਆ ਜਾਪ ਦਾਸ ਨੂੰ ਫੋਨ ਤੇ ਲਖਮਉਂਦੇ ਹਨ ਬੇਅੰਤ ਸੰਗਤਾਂ ਦੇ ਫੋਨ ਆਉਂਦੇ ਹਨ ਸੋ ਵੱਧ ਤੋਂ ਵੱਧ ਨਾਮ ਜਪੀਏ ਔਰ ਜੋ ਇਸ ਸਮੇਂ ਤਨਤਨ ਬਾਬਾ ਸਾਧੂ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਜੋ ਹਰ ਸਾਲ ਦੀ ਤਰ੍ਹਾਂ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਔਰ ਇਸ ਵਕਤ 26 ਜਨਵਰੀ ਨੂੰ ਕਿਉਂਕਿ ਸਮੁੱਚੇ ਜਗਤ ਦਾ ਕਿਸਾਨ ਅੰਦੋਲਨ ਦਾ ਉਹਨਾਂ ਟਰੈਕਟਰ ਮਾਰਚ ਰੱਖਿਆ ਗਿਆ ਹੈ ਸੋ ਉਸ ਵਾਸਤੇ ਮਹਾਪੁਰਖ ਬਾਬਾ ਲੱਖਾ ਸਿੰਘ ਜੀ ਹੁਣਾ ਵੱਲੋਂ ਉਸ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਜੋ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਜਾਵੇਗੀ 26 ਤਰੀਕ ਨੂੰ ਮਹ ਸ੍ਰੀ ਅਖੰਡ ਪਾਤਸ਼ਾਹਬਾਂ ਦੇ ਭੋਗ ਪੈਣਗੇ ਔਰ ਅਰੰਭਤਾ ਫੇਰ ਹੋਏਗੀ ਕਹਨ ਤੋਂ ਭਾਵ ਜੋ ਕੀਰਤਨ ਦਰਬਾਰ ਮੁੱਖ ਹੁੰਦਾ ਹੈ 26 ਤਰੀਕ ਨੂੰ ਉਹ ਇਸ ਵਕਤ 28 ਜਨਵਰੀ ਦਾ ਕਰ ਦਿੱਤਾ ਗਿਆ ਹੈ ਇਹ ਸੰਗਤਾਂ ਦੇ ਚਰਨਾਂ ਦੇ ਵਿੱਚ ਵਿਸ਼ੇਸ਼ ਬੇਨਤੀ ਹੈ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਤੁਹਾਨੂੰ ਸੰਗਤ ਨੂੰ ਸਭ ਜਾਣੂ ਹੋ ਜੇ ਇਸ ਦੇ ਉੱਤੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਕਿਰਪਾ ਹੋਵੇ ਕਿ ਉਹ ਡੋਲ ਸਕਦਾ ਹੈ ਉਹ ਕਦੀ ਨਹੀਂ ਡੋਲ ਸਕਦਾ ਇਹ ਸਾਡੇ ਮਨ ਦੇ ਵਹਿਮ ਹੈ ਕਿਉਂਕਿ ਕਈ ਲੋਕ ਸੋਚਦੇ ਹਨ ਕਿ ਅਸੀਂ ਝੂਠ ਬੋਲ ਕੇ ਸੰਗਤਾਂ ਦੇ ਵਿੱਚ ਬਦਨਾਮੀ ਕਰਕੇ ਪਿੱਛੇ ਕਰ ਦਵਾਂਗੇ ਪਰ ਸੱਚ ਜਾਣਿਓ ਜੇ ਇਸ ਬੱਚੇ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਆਪ ਬਚਨ ਕਰਕੇ ਘਰੋਂ ਬੁਲਾਇਆ ਹੋਵੇ ਫਿਰ ਉਸ ਬੱਚੇ ਨੂੰ ਆਪਣੇ ਕਰ ਕਮਰਾਂ ਦੇ ਨਾਲ ਅਮਰ ਦੀਆਂ ਬੂਤਾਂ ਉਸ ਮੂਹਰ ਦੇ ਵਿੱਚ ਪਾਈਆਂ ਹੁਣ ਉਸ ਬੱਚੇ ਨੂੰ ਜਿਸ ਬੱਚੇ ਦੇ ਸਵਾਸ ਨਿਕਲ ਗਏ ਹੁਣ ਤੇ ਆਪ ਫਿਰ ਉਸ ਬੱਚੇ ਦੇ ਸਵਾਸ ਪਾਏ ਹੁਣ ਕਦੀ ਵੀ ਨਹੀਂ ਉਹ ਡੋਲ ਸਕਦਾ ਔਰ ਜਿਨ੍ਹਾਂ ਨੇ ਸਾਰਾ ਜੀਵਨ ਪਾਵਨ ਸਥਾਨ ਤੇ ਤਨ ਬਾਬਾ ਸਾਧੂ ਸਿੰਘ ਜੀ ਦੀ ਸੇਵਾ ਦੇ ਵਿੱਚ ਲਾ ਦਿੱਤਾ। ਤੋਂ ਸੰਗਤ ਜੀ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ। ਕਿਉਂਕਿ ਨਮੋਸ਼ੀ ਤਾਂ ਹੋਵੇ ਜੇ ਕੋਈ ਮਾੜੇ ਕੰਮ ਕਰਦਾ ਫੜਿਆ ਗਿਆ ਹੋਵੇ। ਜੇ ਕੋਈ ਨਸ਼ੇ ਵੇਚਦਾ ਫੜਿਆ ਗਿਆ ਹੋਵੇ, ਜੇ ਕੋਈ ਕਿਸੇ ਦਾ ਬੁਰਾ ਕਰਦਾ ਫੜਿਆ ਗਿਆ ਹੋਵੇ, ਇਹ ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਏ ਜੋ ਐਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਵੀਰਾਂ ਦੀ ਸਫਲਤਾ ਵਾਸਤੇ ਹਰ ਹੀਲਾ ਉਹਨਾਂ ਦੀ ਮਦਦ ਕਰ ਰਹੇ ਹਾਂ ਕਿਉਂਕਿ ਕਈ ਲੋਕ ਨਹੀਂ ਚਾਹੁੰਦੇ ਕਿ ਇਹ ਅੰਦੋਲਨ ਸਫਲ ਹੋਵੇ ਸੋ ਉਸ ਅੰਦੋਲਨ ਦੇ ਵਿੱਚ ਜੋ ਵੀ ਗੱਲਬਾਤ ਹੋਈ ਜੋ ਵੀ ਮਲਾਕਤ ਹੋਈ ਤੁਹਾਡੇ ਚਰਨਾਂ ਦੇ ਵਿੱਚ ਰੱਖ ਦਿੱਤੀ ਗਈ ਸੀਗੀ ਕਿਉਂਕਿ ਜਦੋਂ ਉਧਰੋਂ ਬਾਰ-ਬਾਰ ਸਰਕਾਰ ਵੱਲੋਂ ਹਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀਗਾ ਉਹ ਆਪਣੀਆਂ ਹੀ ਦਲੀਲਾਂ ਦੇ ਰਹੇ ਸਨ ਜਿੰਨੀ ਇੱਕ ਸੂਝ ਹੈ ਸੋ ਮਹਾਂਪੁਰਖਾਂ ਨੇ ਉਹਨਾਂ ਨੂੰ ਇੱਕ رائے ਦਿੱਤੀ ਕੀ ਹੋ ਸਕਦਾ ਜਿਸ ਤਰ੍ਹਾਂ ਪਹਿਲਾਂ ਹੀ ਚੱਲਦਾ ਸੀਗਾ ਦੋ ਸਟੇਟਾਂ ਪੰਜਾਬ ਹਰਿਆਣਾ ਕਿ ਇਸ ਦੇ ਵਿੱਚੋਂ ਕਾਨੂੰਨ ਤੋਂ ਬਾਹਰ ਨਿਕਲ ਸਕਦੇ ਹਨ ਉਹ ਕਹਿੰਦੇ ਹਾਂਜੀ ਨਿਕਲ ਸਕਦੇ ਹਨ ਤੁਸੀਂ ਦੇਖ ਲਓ ਬੇਨਤੀ ਕਰਕੇ ਸੋ ਸੰਗਤ ਜੀ ਸਾਢੇ 4 ਮਹਾਪੁਰਖ ਮੀਟਿੰਗ ਵਿੱਚੋਂ ਬਾਹਰ ਨਿਕਲੇ ਔਰ 7 ਵਜੇ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਔਰ 3 ਘੰਟੇ ਦੇ ਵਿੱਚ ਜਿਹੜੇ মিডিਆ ਨੇ ਪੋਜ਼ਿਟਿਵ ਰੋਲ ਨਿਭਾਉਣਾ ਸੀਗਾ ਨੈਗੇਟਿਵ ਬਣਾ ਦਿੱਤਾ ਕਿਉਂਕਿ ਤੁਹਾਨੂੰ ਪਤਾ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅੰਦੋਲਨ ਦੀ ਸਫਲਤਾ ਹੋਵੇ ਸੋ ਇੱਚ ਸੱਚ ਹੈ ਜੋ ਵੀ ਆ ਤੁਹਾਡੇ ਚਰਨਾਂ ਦੇ ਵਿੱਚ ਰੱਖ ਦਿੱਤਾ ਹੈ ਸੋ ਮਹਾਪੁਰਖਾਂ ਵੱਲੋਂ ਕੁਝ ਸੱਜਣਾ ਦੇ ਨਾਲ ਵਿਚਾਰਾਂ ਵੀ ਕੀਤੀਆਂ ਗਈਆਂ ਕਿਉਂਕਿ ਇੱਕ ਗੱਲ ਸਮਝਣ ਵਾਲੀ ਹੈ ਇਹ ਅੰਦੋਲਨ ਦਾ ਜੋ ਫੈਸਲਾ ਹੈ ਨਾ ਉਹ ਕਿਸੇ ਇੱਕ ਇਨਸਾਨ ਨੇ ਨਹੀਂ ਲੈਣਾ ਜੇ ਕਹਿ ਲਈਏ ਬਾਬਾ ਜੀ ਨਹੀਂ ਜੇ ਕਹਿ ਲਈਏ ਜੋ ਕਿਸਾਨ ਸਤਿਕਾਰਯੋਗ ਜੂਨੀਅਰ ਦੇ ਲੀਡਰ ਅੱਗੇ ਲੱਗੇ ਹਨ ਨਹੀਂ ਇਸ ਦਾ ਫੈਸਲਾ ਜੋ ਕਿਸਾਨ ਵੀਰ ਬੈਠੇ ਹਨ ਨਾ ਤਰਨੇ ਚ ਉਹਨਾਂ ਨੇ ਲੈਣਾ ਹੈ ਸੋ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੇਰੇ ਵੀਰ ਇਸ ਵਕਤ ਘਰਾਂ ਨੂੰ ਛੱਡ ਕੇ ਅੰਦੋਲਨ ਚ ਬੈਠੇ ਹਨ ਉਹਨਾਂ ਦਾ ਭਲਾ ਹੋ ਜਾਵੇ ਮੇਰੇ ਵੀਰੋ ਸੱਚ ਜਾਣੋ ਕਈ ਪਰਿਵਾਰ ਐਸੇ ਹਨ ਜਿਨ੍ਹਾਂ ਦਾ ਜੀ ਚਲਾ ਗਿਆ ਉਹ ਸਾਰਾ ਪਰਿਵਾਰ ਹੀ ਉੱਜੜ ਗਿਆ ਕਉਂਕੀ ਕਈ ਵਾਰ ਪਰਿਵਾਰ ਦਾ ਸਾਰਾ ਪਾਰ ਇੱਕ ਇਨਸਾਨ ਦੇ ਮੋਢਿਆਂ ਤੇ ਹੁੰਦਾ ਹੈ ਤੇ ਜਦੋਂ ਉਹ ਇਨਸਾਨ ਆਪਣਾ ਸਰੀਰ ਛੱਡ ਜਾਵੇ ਨਾ ਕੱਲ ਫਿਰ ਖੇਰੂ ਖੇਰੂ ਹੋ ਜਾਂਦਾ ਹੈ ਸੱਚ ਜਾਣਿਓ ਜਿੰਨੂੰ ਪੀੜਾ ਹੁੰਦੀ ਹੈ ਨਾ ਉਹ ਹੀ ਦੁੱਖ ਜਾਣਦਾ ਹੈ ਜਦੋਂ ਉਹਨਾਂ ਘਰਾਂ ਦੇ ਜਾ ਕੇ ਸੱਤਰ ਵੇਖੀਦੇ ਹਨ ਮਨ ਚੋਂ ਰੋਣ ਨਿਕਲਦਾ ਹੈ ਤੇ ਜ਼ਾਲਮ ਸਰਕਾਰ ਦੇ ਵਿਰੁੱਧ ਗੁੱਸਾ ਵੀ ਫੁੱਟਦਾ ਹੈ ਪਰ ਕੀ ਕਰੀਏ ਕਿਸੇ ਦਾ ਨੁਕਸਾਨ ਨਹੀਂ ਕਰਾ ਸਕਦੇ ਸੋ ਮੇਰੇ ਵੀਰੋ ਮਹਾਪੁਰਖ ਜਿਹੜੇ ਹੁੰਦੇ ਹਨ ਉਹ ਬੇਨਤੀਆਂ ਹੀ ਕਰ ਸਕਦੇ ਹਨ ਬੇਨਤੀਆਂ ਕਰਕੇ ਹੀ ਕਿਸੇ ਨੂੰ ਮਨਾ ਸਕਦੇ ਹਨ ਹਾਂ ਅਪੀਲ ਜ਼ੋਰ ਦੇ ਨਾਲ ਜ਼ਰੂਰ ਕਰ ਸਕਦੇ ਹਨ ਸੋ ਉਹ ਸਰਕਾਰ ਨੂੰ ਅਪੀਲ ਕੀਤੀ ਗਈ ਔਰ ਕਿਸਾਨਾਂ ਤੱਕ ਬੇਨਤੀ ਕੀਤੀ ਗਈ ਮੰਨਣਾ ਨਾ ਮੰਨਣਾ ਕਿਸਾਨ ਵੀਰਾਂ ਦਾ ਫਰਜ਼ ਹੈ ਸੋ ਕਿਸਾਨ ਵੀਰਾਂ ਦੇ ਨਾਲ ਪਹਿਲਾਂ ਤੋਂ ਚੱਲਦੇ ਆ ਰਹੇ ਹਾਂ ਹੁਣ ਵੀ ਚੱਲ ਰਹੇ ਹਾਂ ਔਰ ਅੱਗੇ ਵੀ ਚੱਲਦੇ ਰਵਾਂਗੇ ਕਦੋਂ ਤੱਕ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਔਰ ਪੰਜਾਬ ਹਰਿਆਣਾ ਇਨਾਂ ਕਾਲੇ ਕਾਨੂੰਨਾਂ ਤੋਂ ਬਾਹਰ ਨਹੀਂ ਹੋ ਜਾਂਦਾ ਜਦ ਤੱਕ ਇਹ ਸਵਾਸ ਸਵਾਸ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਖੜੇ ਰਵਾਂਗੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਹੈ ਸਤਿਗੁਰੂ ਮਹਾਰਾਜ ਸਵਾਸ ਸਵਾਸ ਇਸ ਵਕਤ ਕਿਸਾਨ ਅੰਦੋਲਨ ਦੀ ਸਫਲਤਾ ਵੇ ਵਿੱਚ ਲੱਗ ਜਾਣਾ ਜੇ ਮਨ ਦੇ ਵਿੱਚ ਮੜ ਗਿਆ ਵੀ ਕਿਤੇ ਕਿੰਤੂ ਆ ਜਾਵੇ ਸਤਿਗੁਰੂ ਮਹਾਰਾਜ ਅਗਲਾ ਸੁਵਾਸ ਨਾ ਦੇਣਾ ਇਸ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਹਾਂ ਇਸ ਤੋਂ ਵੱਡੀ ਹੁਣ ਸੰਗਤ ਦੇ ਅੱਗੇ ਕੀ ਦਲੀਲ ਦੇ ਸਕਦੇ ਹਾਂ ਪਰ ਫਿਰ ਵੀ ਜੇ ਕਿਸੇ ਦਾ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਦਾਸ ਹੱਥ ਜੋੜ ਕੇ ਖਿਮਾ ਦਾ ਜਾਚਕ ਹੈ ਹੁਣ ਬੇਨਤੀ ਹੈ ਭਈ ਆਪਾਂ ਸਾਰਿਆਂ ਦਾ ਧਿਆਨ ਇੱਕ ਪਾਸੇ ਕੇਂਦਰਿਤ ਕਰੀਏ ਕਿਸਾਨ ਅंदोलਨ ਦੀ ਸਫਲਤਾ ਵਾਸਤੇ ਕਿਸਾਨ ਅੰਦੋਲਨ ਦੇ ਵਿੱਚ ਜੋ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਕਰੀਏ ਉਹ ਜਿਹੜੇ ਲੋਕ ਇਸ ਪਾਸਿਓਂ ਧਿਆਨ ਹਟਾ ਕੇ ਇੱਕ ਦੂਜੇ ਦੀ ਨਿੰਦਿਆ ਕਰਨੇ ਲੱਗਦੇ ਹਨ ਉਹਨਾਂ ਨੂੰ ਵੀ ਸਮਝਾਓ ਕਿ ਭਾਈ ਇਹ ਤੂੰ ਕੰਮ ਚੰਗਾ ਨਹੀਂ ਕਰ ਰਿਆਂ ਜੇ ਤੂੰ ਨਾਮ ਜਪਣ ਵਾਲਾ ਗੁਰੂ ਘਰ ਦਾ ਚੋਲਾ ਪਾ ਕੇ ਕਿਸੇ ਦੀ ਨਿੰਦਿਆ ਕਰਦੇ ਨੇ ਤੈਨੂੰ ਸ਼ੋਭਾ ਨਹੀਂ ਦਿੰਦਾ ਪਰ ਜੇ ਫਿਰ ਵੀ ਕਿਸੇ ਦੇ ਮਨ 'ਚ ਕੋਈ ਵਹਿਮ ਹੈ ਦਾਸ ਦੇ ਨਾਲ ਸੰਪਰਕ ਕਰਕੇ ਵਿਚਾਰ ਕਰ ਸਕਦਾ ਹੈ ਸਤਿਗੁਰ ਮਹਾਰਾਜ ਕਿਰਪਾ ਕਰਨ ਅਗਲੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਕੁਝ ਸਮੇਂ ਬਾਅਦ paramagneticਾ ਹੋਣੀ ਹੈ ਸੋ ਆਪ ਸਗਦੇ ਚਰਨਾਂ 'ਚ ਬੇਨਤੀ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਉਹਨਾਂ ਵੱਲੋਂ ਜੋ 26 ਤਰੀਕ ਦਾ ਨਾਨਕ ਸਰ ਸਮਾਗਮ ਹੈ ਉਸ ਦੇ ਵਿੱਚ ਤਬਦੀਲੀ ਕਰਕੇ 28 ਤਰੀਕ ਨੂੰ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਔਰ 26 ਤਰੀਕ ਨੂੰ ਹਰ ਇੱਕ ਇਨਸਾਨ ਨਾਨਕ ਸਰ ਦਾ ਸਤਸੰਗੀ ਹੋ ਜਾਵੇ ਤੇ ਭਾਵੇਂ ਸਮੂਚਾ ਸੇਕ ਜਗਤ ਸਮੂੱਚੀ ਸਮਾਜ ਨੂੰ ਬੇਨਤੀ ਹੈ ਹੱਥ ਜੋੜ ਕੇ ਭਈ 26 ਤਰੀਕ ਤੋਂ ਪਹਿਲਾਂ 25 ਤਰੀਕ ਨੂੰ ਆਪਾਂ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਪਹੁੰਚ ਗਏ ਔਰ ਸ਼ਕਤੀ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਮਜਬੂਰ ਕਰ ਦਈਏ ਕਿ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਨ ਇਹੀ ਸਾਡੀ ਸਭ ਤੋਂ ਵੱਡੀ ਜਿੱਤ ਹੈ ਆਓ ਇੱਕ ਇੱਕ ਕਰਕੇ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦਾ ਨਾਂ ਕੀ ਲੱਤਾਂ ਖਿੱਚੀਏ ਤਾਹੀਂ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਨੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ